ਸਸੇ ਗਾਲ ਜੀ ਸਾਰਿਆਂ ਨੂੰ ਵੈਲਕਮ ਹੈ ਆਪਣੇ YouTube ਚੈਨਲ ਤੇ ਕੱਲ ਜੀ ਪੈ ਗਿਆ ਐਮਪੀ ਦੇ ਵਿੱਚ ਮੀਂਹ ਕੱਲ ਦੇ ਖੜੇ ਆ ਅ ਆਗੇ ਹਲੇ ਕੱਢ ਰ ਪਾਈ ਆ ਜਾਨੂ ਮੀਂਹ ਇੰਨੀ ਜ਼ੋਰ ਡਿੜ ਗਿਆ ਸਾਨੂੰ ਮਸ਼ੀਨ ਕੱਢਣ ਦਾ ਟਾਈਮ ਨਹੀਂ ਮਿਲਿਆ ਆ ਦੇਖੋ ਮਸ਼ੀਨ ਦਾ ਕੀ ਹਾਲ ਹੋਇਆ ਆ ਦੇਖੋ ਗਾਰੇਜ ਖੜੀ ਸਾਰੀ ਰਾਤ ਉਹਦੇ ਖੱਤੇ ਜੀ ਕੱਟੀ ਬਾਈ ਬਹੁਤ ਬੁਰਾ ਹਾਲ ਇੱਕ ਖੇਤ ਇਹੋ ਜਿਹੇ ਨੇ ਔਰ ਇੱਕ ਵਾਰ ਇਸੇ ਫਸ ਗਈ ਮਸ਼ੀਨ ਖੜ ਗਈ ਫੇਰ ਨਹੀਂ ਦੁਰਦੀ ਬੱਸ ਫੇਰ ਤਵਾ ਰੱਬ ਦਾ ਨੋਈ ਆ ਤੁਹਾਨੂੰ ਮਿਲਾਉਣਾ ਆਪਣੇ ਫੋਰਮੈਨ ਨਾਲ ਛਣਾ ਕੇ ਗੱਲਬਾਤ ਆ ਨਹੀ ਆਪਣੇ ਫੋਰਮੈਨ ਸਾਹਿਬ ਗੱਲਬਾਤ ਕੀ ਸੁਣਾਉਣੀ ਆ ਬਾਡੀ ਤਾਂ ਕਿਸੇ ਨੇ ਮੁੜ ਕੇ ਸਾਰ ਵੀ ਨਹੀਂ ਰਹੀ ਵੀ ਖੇਤ ਚ ਖੜੇ ਹੋ ਕੀ ਕਰਦੇ ਹੋ ਕੋਈ ਚਾਹ ਪਾਣੀ ਰੋਟੀ ਕੋਈ ਹੱਲ ਆ ਦੇਖੋ ਪੈਰਲੀ ਬੜੇ ਬੁਰਾ ਆ ਆ ਦੇਖੋ ਇਹ ਕੀ ਹਾਲ ਹੋਇਆ ਪਿਆ ਥੱਲੇ ਉਤਰਦੇ ਹਨ ਰਾ ਗਾਰਾ ਜਾ ਰਹੇ ਪੈਰ ਗਾਰੇ ਜੀ ਮੀਨੇ ਕੰਮ ਰੋਕਤਾ ਹੁਣ ਦੇਖੋ ਸਰ ਕੱਲੋਂ ਕੰਮ ਚੱਲੇ ਕਹਿੰਦੇ ਆ ਵੀ ਕੱਲੋਂ ਦੁਪਹਿਰ ਤੋਂ ਬਾਅਦ ਕੰਮ ਚੱਲ ਸਕਦਾ ਮੌਸਮ ਫੇਰ ਖਰਾਬ ਹੋ ਗਿਆ ਉਹ ਪਰ ਮੀਂਹ ਦਾ ਫੇਰ ਮੌਸਮ ਖਰਾਬ ਹੋਇਆ ਮੀਂਹ ਆਉਣ ਨੂੰ ਫੇਰ ਤਿਆਰ ਖੜਾ ਆਹ ਦੇਖੋ ਚਿਕੜੀ ਚੱਕੜ ਆਪਣੀ ਲੱਗੀ ਮਸ਼ੀਨ ਥੱਲੇ ਬਿਲਕੁਲ ਨਾਲ ਮੀਂਹੇ ਕੰਮ ਕਰਤਾ 2 ਦਿਨ ਲੇਟ ਆ ਖੜਾ ਜੀ ਆਪਣਾ ਕਟਰ ਆਪਾਂ ਪਾਉਣ ਲੱਗੇ ਟਰਾਲਾ ਬਸ ਮੁੜ ਕੇ ਮਸ਼ੀਨ ਹੀ ਨਿਕਲੀ ਆਵਣੀ ਬਸ ਉੱਥੇ ਜਾਵਾਂਗੀ ਚਲੋ ਮਿਲਦਾਂਗੇ ਹੋਰ ਨਾਲ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਕੀ ਗੱਲਬਾਤ ਆ ਕੀ ਹਿਸਾਬ ਦਾ ਬਣਦਾ ਔਰ ਬਾਈ ਜੀ ਔਰੇ ਵਿੱਗਿਆਂ ਦਾ ਰੇਟ ਆ ਨੱਸਾਂਗੇ ਤੁਹਾਨੂੰ ਵੀ ਕੀ ਨੇ ਵਿੱਗੇ ਢਾੜ ਚ ਵੜਦੇ ਆ ਆਪਣਾ ਕੀ ਰੇਟ ਚੱਲਦਾ ਸਾਰਾ ਕੁਝ ਦੱਸਾਂਗੇ ਤੁਹਾਨੂੰ ਆਪਣੀ ਵੀਡੀਓ ਨਾਲ ਜੁੜੇ ਰਹੋ ਆਪਣੇ ਵੀਡੀਓ ਨਿਊ ਤੇ ਨਿਊ ਵੀਡੀਓ ਆਵਾਂਗੇ ਪਾਮਾਂਗੇ ਤੁਹਾਨੂੰ ਏਰੀਆ ਦਿਖਾਵਾਂਗੇ ਏਰੀਆ ਦੱਸਾਂਗੇ ਸਾਰਾ ਗੱਲਬਾਤ ਕਰਾਂਗੇ ਤੁਹਾਡੇ ਨਾਲ ਆਪਾਂ ਆਪਣੀ ਵੀਡੀਓ ਨੂੰ ਸਬਸਕ੍ਰਾਈਬ ਕਰ ਆਪਣੇ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਬਹੁਤ ਬਹੁਤ ਸ਼ੇਅਰ ਕਰੋ ਸਬਸਕ੍ਰਾਈਬ ਕਰ ਲਓ ਨਵੀਂ ਤੋਂ ਨਵੀਂ ਵੀਡੀਓ ਤੁਹਾਨੂੰ ਦੇਖਣ ਲਈ ਆਪਣੇ ਚੈਨਲ ਸਬਸਕ੍ਰਾਈਬ ਕਰੋ